ਅੱਜ ਦੇ ਘਰਾਂ 'ਚ ਨਾ ਦਾਦੀ ਨਾਨੀ ਐਬਸੈਂਟ ਹੋ ਗਈ ਹੈ, ਠੀਕ ਹੈ ਨਾ, ਸੈਟੇਲਾਈਟ ਟਾਊਨ ਹੋ ਗਏ ਨੇ, ਨਿਊਕਲੀਅਰ ਫੈਮਿਲੀ ਹੋ ਗਈਆਂ, ਕਰੈਕਟ। ਸੋ ਕਿਉਂਕਿ ਗੈਜਟ ਵਰਲਡ ਹੈ, ਕਿਉਂਕਿ ਦਾਦੀ ਨਾਨੀ ਗਾਇਬ ਹੋ ਗਈ ਹੈ, ਐਬਸੈਂਟ ਹੋ ਗਈ ਹੈ, ਸੋ ਨਾਓ ਮੈਂ ਗੈਜਟ ਦੇ ਅੰਦਰ ਦਾਦੀ ਨਾਨੀ ਕ੍ਰੀਏਟ ਕਰ ਰਿਹਾ। ਤਾਂ ਮੈਂ ਕੀ ਕਰ ਰਿਹਾ, ਆਈਫੋਨਸ, ਐਂਡਰਾਇਡ ਫੋਨਸ, ਟੈਬਲੇਟਸ, ਆਈਪੈਡਸ, ਇਹਦੇ ਵਿੱਚ ਤੁਹਾਨੂੰ ਇੱਕ ਐਪਲੀਕੇਸ਼ਨ ਦੇ ਰਿਹਾ ਵਾਂ ਜਿਹਨੂੰ ਕਹਿੰਦੇ ਨੇ ਗੁਰੂ ਸਾਖੀ ਇਜ਼ ਰੀਟੋਲਡ ਬਾਏ ਹਰੀ ਬਿਓਜਾ। ਤਾਂ ਤੁਸੀਂ ਡਾਊਨਲੋਡ ਕਰੋਗੇ, ਤੁਹਾਨੂੰ ਗੁਰੂ ਸਾਖੀ ਮਿਲ ਜਾਏਗੀ, ਔਰ ਉਹਦੇ 'ਚ 17-18 ਸਫ਼ੇ 15 ਸਫ਼ੇ ਦੀ ਸਾਖੀ ਕਹੀ ਜਾਏਗੀ। ਉਹਦੇ ਵਿੱਚ ਸਪੋਜ਼ ਤੁਸੀਂ ਇੱਕ ਪੇਜ ਖੋਲਿਆ ਜਿੱਥੇ ਬਾਬਾ ਨਾਨਕ ਜੀ ਹੈ, ਭਾਈ ਬਰਦਾਨਾ ਬੈਠੇ ਹੈ, ਉਹਦੇ ਹੱਥ 'ਚ ਰਬਾਬ ਹੈ, ਤੁਸੀਂ ਰਬਾਬ ਨੂੰ ਹੱਥ ਲਾਓਗੇ ਬੱਚਾ ਲਾਏਗਾ, ਰਬਾਬ ਵੱਜਣੀ ਸ਼ੁਰੂ ਹੋ ਜਾਏਗੀ, ਖਰਗੋਸ਼ ਨੂੰ ਹੱਥ ਲਾਓਗੇ ਭੱਜਣਾ ਸ਼ੁਰੂ ਕਰ ਦੇਗਾ, ਮੋਰ ਨੂੰ ਹੱਥ। ਸੋ ਇੰਟਰੈਕਟਿਵ ਹੈ ਜਿਹੜਾ ਕਿ ਬੱਚੇ ਨੂੰ ਇੱਕ ਤਰੀਕੇ ਦੀ ਖੇਡ ਮਿਲ ਗਈ, ਲੇਕਿਨ ਨਾਲ ਨਾਲ ਉਹ ਸਾਖੀ ਉਸ ਪੇਜ 'ਤੇ ਜੋ ਹੋ ਰਿਹਾ ਹੈ, ਜੋ ਕਿਹਾ ਜਾ ਰਿਹਾ ਉਹ ਸੁਣਨ ਨੂੰ ਮਿਲ ਰਿਹਾ ਉਹਨੂੰ। ਸੋ ਜਿੰਨਾ ਉਹ ਖੇਡੀ ਜਾਏਗਾ ਉਨਾ ਸੁਣੀ ਜਾਏਗਾ, ਉਹ ਸਾਰੀ ਸਾਖੀ ਸੁਣਨ ਦੇ ਬਾਅਦ ਉਹਨੂੰ ਮਤਲਬ ਕਿ 2-3 ਵਾਰੀ ਉਹ ਪੂਰੀ ਸਾਖੀ ਉਹਦੇ ਜ਼ਹਿਨ 'ਚ ਬੈਠ ਜਾਏਗੀ। ਆਈ ਥਿੰਕ ਇਟ ਇਜ਼ ਵੈਰੀ ਇੰਪੋਰਟੈਂਟ ਟੂ ਟੈਲ ਦੀਜ ਸਾਖੀਜ਼ ਟੂ ਚਿਲਡਰਨ। ਆਈ ਐਮ ਫਰੋਮ ਅ ਸਕੂਲ ਜਿੱਥੇ ਸਾਨੂੰ ਸਾਖੀਆਂ ਸੁਣਾਈ ਜਾਂਦੀਆਂ ਸੀਗੀਆਂ, ਮੇਰੇ ਅੰਦਰ ਇੰਬੈਡਡ ਨੇ ਅੱਜ ਤੱਕ। ਤੋ ਨੈਚੁਰਲੀ ਉਹ ਜਿਹੜਾ ਤੁਸੀਂ ਉਹ ਚੀਜ਼ ਇੱਕ ਵਾਰੀ ਤੁਹਾਡੇ ਉਸ ਬਚਪਨ ਦੀ ਉਸ ਉਮਰ ਦੇ ਵਿੱਚ ਤੁਹਾਡੇ ਨਾਲ ਜੁੜ ਜਾਏ, ਉਹ ਤੁਹਾਡੇ ਤੋਂ ਦੂਰ ਨਹੀਂ ਜਾਂਦੀ ਫਿਰ ਕਦੇ ਵੀ। ਸੋ ਆਈ ਐਮ ਡੂਇੰਗ ਦਿਸ ਈ ਬੁੱਕ ਜਿਹਨਾਂ ਵਿੱਚ ਤੁਹਾਨੂੰ ਬੱਚੇ ਵਾਸਤੇ ਬਹੁਤ ਐਕਸਾਈਟਿੰਗ ਗੇਮ ਹੈ। ਅੱਜ ਕੱਲ੍ਹ ਟੈਕਨੋਲੋਜੀ ਬਹੁਤ ਅੱਗੇ ਵੱਧ ਗਈ ਹੈ, ਇੱਕ ਸਮਥਿੰਗ ਨੋਨ ਐਜ਼ ਆਗਮੈਂਟਿਡ ਰਿਐਲਿਟੀ, ਜਿਹਦੇ ਨਾਲ ਤੁਸੀਂ ਇੱਕ ਕੈਮਰਾ ਰੱਖੋ ਆਪਣੇ ਆਈਫੋਨ ਦਾ, ਕੋਈ ਵੀ ਫੋਨ ਦਾ, ਐਂਡਰਾਇਡ ਦਾ, ਅਤੇ ਉਹ ਟ੍ਰਿਗਰ ਪੁਆਇੰਟ ਹੁੰਦਾ ਹੈ, ਅਤੇ ਉਹਦੇ ਨਾਲ ਉਹ ਚੀਜ਼ ਸਾਹਮਣੇ ਆ ਜਾਂਦੀ ਹੈ। ਤਾਂ ਫਿਰ ਜਦੋਂ ਸਾਖੀ ਖਤਮ ਹੁੰਦੀ ਹੈ, ਅਤੇ ਭਾਈ ਮਰਦਾਨਾ ਮਤਲਬ ਕਿ ਟ੍ਰਿਗਰ ਪੁਆਇੰਟ ਦੇ ਤਾ ਤੁਹਾਨੂੰ ਸ਼ਾਇਦ ਕੋਇਨ ਜਾਂ ਇਕਿਉਂਕਾਰ ਜਾਂ ਕੋਈ ਵੀ ਚੀਜ਼ ਹੈ, ਤੁਸੀਂ ਉਸ 'ਤੇ ਕੈਮਰਾ ਰੱਖਿਆ, ਸਡਨਲੀ ਤੁਹਾਡੇ ਟੇਬਲ 'ਤੇ ਭਾਈ ਮਰਦਾਨਾ ਆ ਕੇ ਖੜ ਜਾਣਗੇ, ਔਰ ਬੱਚੇ ਨਾਲ ਗੱਲ ਕਰਨਗੇ ਕਿ ਤੂੰ ਸਾਖੀ 'ਚੋਂ ਕੀ ਸਿੱਖਿਆ। ਵੰਡਰਫੁਲ। ਔਰ ਫਿਰ ਉਹ ਜਦੋਂ ਬੱਚਾ ਜਵਾਬ ਦੇਣ ਤੋਂ ਪਹਿਲਾਂ ਹੀ ਉਹ ਜਵਾਬ ਦੇ ਦੇਣਗੇ, ਤਾਂ ਕਿ ਬੱਚੇ ਨੂੰ ਇਹ ਨਾ ਲੱਗੇ ਕਿ ਮੇਰਾ ਜਵਾਬ ਗਲਤ ਹੋ ਗਿਆ, ਐਂਡ ਦੈਟ ਹੀ ਫੀਲਸ ਉਹ ਆਈ ਗਲਤ ਸੀਗਾ ਤਾਂ ਉਹ ਸੋਚੇਗਾ ਅੱਛਾ ਮੈਂ ਗਲਤ ਅੱਛਾ ਨਹੀਂ ਬੋਲਿਆ, ਸਹੀ ਸੀਗਾ ਤਾਂ ਮੈਂ ਤਾਂ ਇਹੀ ਕਹਿਣ ਲੱਗਾ ਸੀਗਾ। ਐਂਡ ਫਿਰ ਕਿਸ ਤਰ੍ਹਾਂ ਉਹਨੂੰ ਉਹ ਇਨਾਮ ਦੇਣ ਦੀ ਕੋਸ਼ਿਸ਼ ਕਰਦੇ ਨੇ, ਜਿਹੜਾ ਕਿ ਇੱਕ ਹੋਰ ਐਪ ਖੋਲਦੇ ਆ ਜਿਹਦੇ 'ਚ ਕੈਮਰੇ ਵਿੱਚ ਆਲਰੇਡੀ ਪੇਰੈਂਟਸ ਕੋਲ ਬਾਬਾ ਨਾਨਕ ਦੀ ਫੋਟੋ ਹੈ, ਜਿਹਦੇ 'ਚ ਉਹ ਆਸ਼ੀਰਵਾਦ ਦੇ ਰਹੇ ਨੇ ਬੱਚੇ ਨੂੰ। ਉੱਥੇ ਬੱਚਾ ਹੈ ਨਹੀਂ, ਹੁਣ ਉਹ ਫੋਟੋ 'ਚ ਉਹਨੇ ਬੱਚੇ ਨੂੰ ਖੜਾ ਕਰ ਦੇਣਾ, ਅਤੇ ਉਹ ਫੋਟੋ ਖਿੱਚਣੀ ਹੈ, ਅਤੇ ਉਹ ਪ੍ਰਿੰਟ ਆਊਟ ਕਰਨ ਲੱਗਣ ਵੀ ਬਾਬਾ ਨਾਨਕ ਨੇ ਬੱਚੇ ਦੇ ਸਿਰ 'ਤੇ ਹੱਥ ਰੱਖਿਆ ਹੋਇਆ। ਸੋ ਹੀ ਫੀਲਸ ਕਿ ਮੈਨੂੰ ਬਾਬਾ ਜੀ ਨੇ ਬਲੈਸ ਕਰਤਾ ਕਿ ਮੈਂ ਸਾਖੀ ਦੇ ਸਾਰਾ ਮਤਲਬ ਸਮਝ ਗਿਆ। ਤੋ ਇਸ ਤਰ੍ਹਾਂ ਮੈਂ ਇੱਕ ਐਪਲੀਕੇਸ਼ਨ ਲਿਆ ਰਿਹਾ ਜਿਹੜੀ ਕਿ ਹਰ ਮਹੀਨੇ 2 ਸਾਖੀਆਂ ਲਿਆਵਾਂ, ਤਾਂ ਕਿ ਬੱਚਿਆਂ ਨੂੰ ਉਹਦੇ ਨਾਲ ਆਪਣੀ ਸਾਖੀਆਂ ਤੋਂ ਸਾਰੇ ਮੋਰਲਸ ਪਤਾ ਲੱਗਦੇ ਨੇ, ਇਤਿਹਾਸ ਪਤਾ ਲੱਗਦਾ ਹੈ, ਆਪਣੇ ਵਿਰਸੇ ਨਾਲ ਜੁੜਦੇ ਨੇ। ਅਤੇ ਕਾ ਕੋਸ਼ਿਸ਼ ਕਰ ਰਿਹਾ, ਤਾਂ ਆਈ ਥਿੰਕ ਦਿਸ ਨਵੰਬਰ ਐਂਡ ਆਫ ਦਿਸ ਮੰਥ ਵੀ ਵਿਲ ਲਾਂਚ ਦੀ ਸਾਖੀ।